ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰਾ ਹਾਥ ਧਰਿਉ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰਾ ਹੀਰ ਨਤ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਉ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਧੜਾਇਆ ਬਿਨ ਨਾਵੇ ਜੀਵਨ ਬਿਰਥਾ ਰਾਹਾ ਬਿਨ ਗੁਰ ਮੂੜ ਭਈ ਹੈ ਮਨ ਮੁਖ ਏ ਮੋਹ ਮਾਇਆ ਨਿਤ ਫਾਥਾ ਤੇਨ ਸਾਧੂ ਚਰਨ ਨ ਸੇਵੇ ਕਬਹੁ ਤੇਨ ਸਾਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੇਨ ਸਫਲ ਹੋ ਜਨਮ ਸਨਾਥਾ ਮੋ ਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਹਾਮੇ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮੇ ਅੰਦੋਲੇ ਕੋ ਗੁਰ ਅੰਚਲ ਤੀਜੈ ਜਨ ਨਾਨਕ ਚਲਹਿ ਮਿਲੰਥਾ ਹਾਮੇ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮੇ ਅੰਦੋਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ੍ਹੇ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਵਾਹਿਗੁਰੂ ਜੀ ਤਨ ਮਸ਼ੀਰੀ ਵਾਹੀ ਗੁਰੂ ਜੀ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦ ਬਿਖਿਆਤਾ ਤਸ ਚਰਨ ਲੈ ਰਿਦੈ ਬਸਾਵਾਂ ਤਉ ਪਰਮ ਗੁਰੂ ਨਾਨਕ ਗਉਣ ਗਾਵਾਂ ਰਾਜ ਜੁਗ ਤਹਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਬਤ ਭਇਓ ਅਨੰਦ ਤਰਨ ਮਨੁਖੈ ਜਨ ਕੀਓ ਪਰਗਾਸ ਗੁਰ ਅੰਗਦ ਦੀਓ ਨਦਾਨ ਕਥ ਕਥ ਗਿਆ ਪੰਜ ਪੂਤ ਬਸ ਕੀਨੇ ਜਮਤ ਨੰਤਰਾਸ ਗੁਰ ਅਮਰ ਗੁਰੂ ਸ਼ੀਰੀ ਸਤ ਕਲ ਜੁਗ ਰਖੀ ਪਤ ਹਕੁੰ ਨ ਦੇਖਤ ਗਤ ਚਰਨ ਕਮਲ ਜਸ ਸਭ ਬਿਦਮਾਨਿ ਮਨ ਤਬਹੀ ਭਯੋ ਪਰਸਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤਬ ਬਿਦਮਾਨਿਓ ਮੰਨ ਤਬਹੀ ਪਿਉ ਪਰਸਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤਨ ਤਨ ਸ੍ਰੀ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਸੱਜ ਬੈਠੇ ਸਤਸੰਗੀ ਜਨੋਂ ਜੀ ਫਤੇ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਜੋ ਅੱਜ ਦਾ ਪਾਵਨ ਮੁਖਵਾਕ ਸਾਨੂੰ ਬਖਸ਼ਿਸ਼ ਹੋਇਆ ਹੈ ਉਹ ਅਸੀਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ ਅੱਜ ਦਾ ਪਾਵਨ ਸ਼ਬਦ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਚਿਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਹੋ ਰਾਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਰਾਗ ਜੈਤ ਸਰੀ ਹੈ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਮੁਖਵਾਕ ਹੈ ਜੀ ਘਰ ਪਹਿਲਾ ਚੌਪਦੀ ਚੌਪਦਿਆਂ ਦਾ ਸ਼ਬਦ ਹੈ ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਕੇਤ ਕੀਤਾ ਹੈ ਜੀ ਏਕ ਓ ਅੰਕਾਰ ਹਜ਼ੂਰ ਕਹਿੰਦੇ ਨੇ ਉਹ ਪਰਮੇਸ਼ਰ ਇੱਕ ਹੈ ਪੈਦਾ ਕਰਨ ਵਾਲਾ ਵੀ ਉਹ ਹੈ ਪਾਲਣ ਵਾਲਾ ਵੀ ਉਹ ਹੈ ਨਾਸ਼ ਕਰਨ ਵਾਲਾ ਵੀ ਉਹ ਹੈ ਕੇਵਲ ਪਰਮੇਸ਼ਰ ਹੀ ਇੱਕ ਹੀ ਹੈ ਸਤ ਗੁਰ ਪਰਸਾਦ ਉਹ ਪਰਮੇਸ਼ਰ ਇੱਕ ਹੈ ਪਰ ਗੁਰੂ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਮੇਰੇ ਹਿਆਰ ਰਤਨ ਨਾਮ ਹਰ ਬਸਿਆ ਸਭ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਪਰਮੇਸ਼ਰ ਦੇ ਨਾਮ ਨੂੰ ਇੱਕ ਰਤਨ ਆਖਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪਰਮੇਸ਼ਰ ਦੇ ਨਾਮ ਨੂੰ ਹੀਰਾ ਵੀ ਆਖਿਆ ਗਿਆ ਹੈ, ਰਤਨ ਵੀ ਆਖਿਆ ਗਿਆ ਹੈ, ਇਹਨੂੰ ਲਾਲ ਵੀ ਆਖਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਭਗਤ ਭੀਖਣ ਜੀ ਦਾ ਇੱਕ ਸ਼ਬਦ ਹੈ। ਐਸਾ ਨਾਮ ਰਤਨ ਨਿਰਮੋਲਕ ਬੜੇ ਧਿਆਨ ਦੇ ਨਾਲ ਇਸ ਸ਼ਬਦ ਨੂੰ ਪੜਨ ਦੀ ਜੇ ਕਿਤੇ ਖੇਚਲਾਪਾਂ ਕਰਾਂਗੇ ਪਰਮੇਸ਼ਰ ਦੇ ਨਾਮ ਦੇ ਗੁਣ ਤੇ ਬਹੁਤ ਹਨ ਬਰਕਤਾਂ ਤੇ ਬਹੁਤ ਹਨ ਬੇਸ਼ੁਮਾਰ ਬਰਕਤਾਂ ਹਨ ਪਰਮੇਸ਼ਰ ਦੇ ਨਾਮ ਪਰ ਭਗਤ ਪੀਖਣ ਜੀ ਨੇ ਮੋٹے ਮੋٹے ਤੌਰ ਤੇ ਇਸ ਸ਼ਬਦ ਵਿੱਚ ਅੱਠ ਗੁਣ ਬਿਆਨ ਕੀਤੇ ਨੇ ਤਾਂ ਕਿ ਸਾਡੀ ਸਮਝ ਵਿੱਚ ਆ ਸਕਣ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦੇ ਨਾਮ ਨੂੰ ਰਤਨ ਆਖਿਆ ਹੈ ਭਗਤ ਭੀਖਣ ਜੀ ਕਹਿੰਦੇ ਨੇ ਐਸਾ ਨਾਮ ਰਤਨ ਨਰਮੋਲਕ ਪਹਿਲਾ ਗੁਣ ਤੇ ਇਹ ਪਰਮੇਸ਼ਰ ਦੇ ਨਾਮ ਦਾ ਦੱਸਿਆ ਹੈ ਕਿ ਇਹ ਨਿਰਮੋਲਕ ਹੈ ਹੈ ਰਤਨ ਹੈ ਪਰ ਇਹ ਨਿਰਮੋਲਕ ਹੈ ਅਮੋਲਕ ਹੈ ਪਾਵਕੇ ਮੁੱਲ ਨਹੀਂ ਮਿਲਦਾ ਪਹਿਲੀ ਸਿਫਤ ਤੇ ਇਹ ਆ ਪਰਮੇਸ਼ਰ ਦੇ ਨਾਮ ਰਤਨ ਦੀ ਭਈ ਇਹ ਮੁੱਲ ਨਹੀਂ ਮਿਲਦਾ ਲੱਖ ਖਰਚ ਲੋ 10 ਲੱਖ ਖਰਚ ਲੋ ਮੈਨੂੰ ਖਿਮਾ ਕਰਨੀ ਜਿਵੇਂ ਅੱਜ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕੋਈ ਆਂਦਾ ਵੀ ਜੀ ਮਹਾਪੁਰਖ ਖੁਦ ਸਹਿਜ ਪਾਠ ਕਰਨਗੇ ਤੇ ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਜਿਨ੍ਹਾਂ ਨਾਲ ਬੀਤੀ ਐ ਮੈਂ ਉਹਨਾਂ ਦੀ ਗੱਲ ਕਰਦਾ ਵੀ ਜੇ ਮਹਾਪੁਰਖ ਆਪ ਸਹਿਜ ਪਾਠ ਕਰਨਗੇ ਤੇ 1 ਲੱਖ ਰੁਪਇਆ ਪੇਟਾ ਹੋਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਵਨ ਬਚਨ ਹੈ ਵੀ ਪਰਮੇਸ਼ਰ ਦੇ ਨਾਮ ਦਾ ਪਹਿਲਾ ਗੁਣ ਤੇ ਇਹ ਹੈ ਪਹਿਲੀ ਸਿਫਤ ਇਹ ਆ ਕਿ ਐਸਾ ਨਾਮ ਰਤਨ ਨਿਰਮੋਲਕ ਇਹ ਮੁੱਲ ਨਹੀਂ ਮਿਲਦਾ ਕਿਸੇ ਕੀਮਤ ਤੇ ਵੀ ਨਹੀਂ ਮਿਲਦਾ ਮੈਨੂੰ ਮੁਆਫ ਕਰਨਾ ਸਾਧ ਸੰਗਤ ਜੇ ਕਿਤੇ ਪਰਮੇਸ਼ਰ ਦਾ ਨਾਮ ਮੁੱਲ ਵਿਕਦਾ ਹੁੰਦਾ ਨਾ ਤੇ ਭਗਤ ਕਬੀਰ ਜੀ ਦੇ ਕੋਲੋਂ ਨਹੀਂ ਖਰੀਦਿਆ ਜਾਣਾ ਪਰਮੇਸ਼ਰ ਦਾ ਨਾਮ ਮੁੱਲ ਵਿਕਦਾ ਹੁੰਦਾ ਤੇ ਰਵਿਦਾਸ ਭਗਤ ਕੋਲੋਂ ਭਗਤ ਧੰਨਾ ਜੀ ਕੋਲੋਂ ਸੈਨ ਨਾਈ ਕੋਲੋਂ ਨਹੀਂ ਸੀ ਖਰੀਦਿਆ ਜਾਣਾ ਪਰਮੇਸ਼ਰ ਦਾ ਨਾਮ ਨਾਮਦੇਵ ਜੀ ਕੋਲੋਂ ਸੈਨ ਜੀ ਕੋਲੋਂ ਸਦਨਾ ਜੀ ਕੋਲੋਂ ਇਹ ਨਾਮ ਨਹੀਂ ਸੀ ਖਰੀਦਿਆ ਜਾਣਾ ਜੇ ਕਿਤੇ ਮੁੱਲ ਵਿਕਦਾ ਹੁੰਦਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਮੁੱਲ ਧਰਮ ਅਮੁੱਲ ਦੀਵਾਨ ਪਰਮੇਸ਼ਰ ਦਾ ਨਾਮ ਇਹ ਦੁਨੀਆ ਦੇ ਲੋਕ ਕੋ ਮੋਲ ਨਹੀਂ ਵਿਕਦਾ ਉਹਦਾ ਦਰਬਾਰ ਨਹੀਂ ਖਰੀਦਿਆ ਜਾ ਸਕਦਾ ਦੁਨੀਆ ਦੀ ਕਚੈਰੀ ਖਰੀਦੀ ਜਾ ਸਕਦੀ ਹੈ ਰਾਜਿਆਂ ਦਾ ਦਰਬਾਰ ਖਰੀਦਿਆ ਜਾ ਸਕਦਾ ਹੈ ਮਹਾਰਾਜ ਕਹਿੰਨੇ ਅਮੁੱਲ ਤੁਲ ਅਮੁੱਲ ਪਰਵਾਨ ਨਾ ਉਸ ਰੱਬ ਦੀ ਤੱਕੜੀ ਖਰੀਦੀ ਜਾ ਸਕਦੀ ਹੈ ਨਾ ਉਸ ਤੱਕੜੀ ਦੇ ਵੱਟੇ ਖਰੀਦੇ ਜਾ ਸਕਦੇ ਅਗਤ ਭੀਖਣ ਜੀ ਕਹਿੰਦੇ ਨੇ ਵੀ ਪਹਿਲਾ ਗੁਣ ਤੇ ਇਹ ਆ ਪਰਮੇਸ਼ਰ ਦੇ ਨਾਮ ਦਾ ਵੀ ਐਸਾ ਨਾਮ ਰਤਨ ਨਿਰਮੋਲ ਕ ਇਮੋਲ ਨਹੀਂ ਮਿਲਦਾ ਦੂਸਰੀ ਸਿਫਤੇ ਦੀ ਇਹ ਆ ਅਨੇਕ ਜਤਨ ਕਰ ਹੀਰ ਦੇ ਰੱਖਿਆ ਰਤਨ ਨਾ ਛਪੇ ਛਪਾਇਆ ਦੂਜਾ ਗੁਣ ਇਹਦਾ ਇਹ ਆ ਵੀ ਜਿੰਨਾ ਮਰਜੀ ਕੋਈ ਇਹਨੂੰ ਛਪਾਏ ਜਿੰਨਾ ਮਰਜੀ ਨੂੰ ਲੁਕਾ ਕੇ ਰੱਖੇ ਇਹ ਛੁਪਿਆ ਨਹੀਂ ਰਹਿੰਦਾ ਸਾਥ ਸੰਗਤ ਮੈਂ ਖਿਮਾ ਮੰਗਾਂਗਾ ਇਹ ਗੱਲ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਮੈਂ ਇੰਨੀਆਂ ਬਾਣੀਆਂ ਦਾ ਪਾਠ ਕਰਦਾ ਐਨੇ ਨਿਤ ਨਿਯਮ ਕਰਦਾ ਐਨੀ ਸੁਖਮਣੀ ਦੀ ਬਾਣੀ ਦੇ ਪਾਠ ਕਰਦਾ ਐਨੇ ਮੈਂ ਹੋਰ ਕਿਸੇ ਬਾਣੀ ਦੇ ਪਾਠ ਕਰਦਾ ਗਿਣਤੀਆਂ ਮਿੰਟੀਆਂ ਦੱਸਣ ਦੀ ਸੰਸਾਰ ਨੂੰ ਲੋੜ ਨਹੀਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਗਤ ਭੀਖਣ ਜੀ ਪੀ ਤੂੰ ਗਿਣਤੀਆਂ ਮਿੰਟੀਆਂ ਕਰਕੇ ਲੋਕਾਂ ਨੂੰ ਨਾਂ ਦੱਸ ਜਦੋਂ ਕਿਨਕਾ ਵੀ ਤੇਰੇ ਹਿਰਦੇ ਚ ਵਸ ਗਿਆ ਨਾ ਇਹਨੇ ਆਪ ਆਪਣੇ ਆਪ ਹੀ ਪ੍ਰਗਟ ਹੋ ਜਾਣਾ ਭਗਤ ਕਬੀਰ ਜੀ ਕਹਿੰਦੇ ਨੇ ਵੀ ਜੇ ਤੈਨੂੰ ਪਰਮੇਸ਼ਰ ਦੇ ਨਾਮ ਦਾ ਕੀਮਤੀ ਪਦਾਰਥ ਪ੍ਰਾਪਤ ਹੋ ਗਿਆ ਨਾ ਤੇ ਇਹਦੀ ਗੱਠੜੀ ਖੋਲ-ਖੋਲ ਕੇ ਐਵੇਂ ਨਾ ਲੋਕਾਂ ਨੂੰ ਵਿਖਾਲ ਦਾ ਘੇਰਾ ਕਬੀਰ RAM ਪਦਾਰਥ ਪਾਇ ਕ ਪਰਮੇਸ਼ਰ ਦੇ ਨਾਮ ਦਾ ਪਦਾਰਥ ਪ੍ਰਾਪਤ ਕਰਕੇ ਐਵੇਂ ਨਾ ਹਾਰ ਇੱਕ ਗੱਠਰੀ ਖੋਲ ਕੇ ਵਹਿ ਜਾਇਆ ਕਰ ਭਗਤ ਭੀਖਣ ਜੀ ਕਹਿੰਦੇ ਨੇ ਤੈਨੂੰ ਦੱਸਣ ਦੀ ਲੋੜ ਕੋਈ ਨਹੀਂ ਜਿੰਨਾ ਮਰਜ਼ੀ ਯਤਨ ਕਰੇ ਗਾਣਾ ਛਪਾਉਣ ਦਾ ਅਨੇਕ ਯਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਪਰਮੇਸ਼ਰ ਦਾ ਨਾਮ ਇਹੋ ਜਾਂ ਰਤਨ ਆ ਵੀ ਇਹ ਛਪਾਇਆ ਵੀ ਨਹੀਂ ਛਪਦਾ ਤੀਸਰੀ ਸਿਫਤ ਇਹ ਦਸੀ ਭਗਤ ਭੀਖਣ ਜੀ ਨੇ ਕਹਿੰਦੇ ਨੇ ਹਰ ਗੁਣ ਕਹਤੇ ਕਹਿ ਨਾ ਜਾਏ ਪਰਮੇਸ਼ਰ ਦੇ ਨਾਮ ਨੂੰ ਜਪਦਿਆ ਜਪਨ ਹੈ ਜਿਹੜਾ ਸਵਾਦ ਆਉਂਦਾ ਹੈ ਨਾ ਜਿਹੜਾ ਰਸ ਆਉਂਦਾ ਉਹ ਅਗਲੇ ਪਾਸੇ ਨਹੀਂ ਦੱਸਿਆ ਜਾ ਸਕਦਾ ਜੈਸੇ ਗੁੰਗੇ ਕੀ ਮਠਿਆਈ ਕਿਸੇ ਗੁੰਗੇ ਨੂੰ ਮਠਿਆਈ ਦਿਓ ਤੇ ਉਹ ਖਾਂਦਾ ਹੋਵੇ ਤੇ ਉਹਨੂੰ ਪੁੱਛੋ ਵੀ ਇਹ ਦੀ ਮਠਿਆਈ ਦਾ ਸਵਾਦ ਕੀ ਹੈ ਦਾ ਰਸ ਕੀ ਇਹਦਾ ਸਵਾਦ ਕਿਵੇਂ ਤੇ ਬਾਬਾ ਭਗਤ ਭੀਖਣ ਜੀ ਕਹਿੰਦੇ ਨੇ ਉਹ ਸਵਾਦ ਨਹੀਂ ਦੱਸ ਸਕਦਾ ਤੀਸਰਾ ਗੁਣ ਇਹ ਆ ਕਿ ਪਰਮੇਸ਼ਰ ਦੇ ਨਾਮ ਦਾ ਜਿਹਨੂੰ ਸਵਾਦ ਆ ਗਿਆ ਨਾ ਉਹ ਇਹਦਾ ਰਸ ਅਗਲੇ ਪਾਸੇ ਨਹੀਂ ਦੱਸ ਸਕਦਾ ਵੀ ਇਹਦਾ ਰਸ ਕਿਹੋ ਜਿਹਾ ਇਹਨੂੰ ਮਾਣਿਆ ਤੇ ਜਾ ਸਕਦਾ ਸਾਧ ਸੰਗਤ ਅਸੀਂ ਸ਼ਮਾ ਕਰਨੀ ਫਿਰ ਮੁਆਫੀ ਮੰਗਾ ਅਸੀਂ ਕਈ ਥਾਈਆਂ ਸ਼ਬਦ ਵਰਤ ਦਿੰਨੇ ਆ ਕਿਸੇ ਬੰਦੇ ਵਾਸਤੇ ਵੀ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਇਹ ਸ਼ਬਦ ਪਰਮੇਸ਼ਰ ਵਾਸਤੇ ਹੈ ਇਹ ਸ਼ਬਦ ਗੁਰਦੇਵ ਦੀ ਪੂਰਨ ਹਸਤੀ ਵਾਸਤੇ ਹੈ ਇਹ ਕਿਸੇ ਮਨੁੱਖ ਵਾਸਤੇ ਨਹੀਂ ਵਰਤਿਆ ਜਾ ਸਕਦਾ ਵੀ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਭਗਤ ਭੀਖਣ ਜੀ ਕਹਿੰਦੇ ਨੇ ਪੀ ਚੌਥਾ ਗੋਣ ਇਸ ਪਰਮੇਸ਼ਰ ਦੇ ਨਾਮ ਜਿ ਇਹ ਆ ਵੀ ਜੇ ਇਹਨੂੰ ਰਸਨ ਨਾਲ ਜਪੀਏ ਰਸਨਾ ਰਮਤ ਸੁਣਤ ਸੁਖ ਸਰਵਣਾ ਰਸਨਾ ਦੇ ਨਾਲ ਜਪੀਏ ਤਾਂ ਰਸਨਾ ਨੂੰ ਵੀ ਸੁੱਖ ਮਿਲਦਾ ਕੰਨਾਂ ਦੇ ਨਾਲ ਸੁਣੀਏ ਤੇ ਕੰਨਾਂ ਨੂੰ ਵੀ ਸੁੱਖ ਮਿਲਦਾ ਚਿੱਤ ਚੇਤੇ ਸੁਖ ਹੋਈ ਜੇ ਹਿਰਦੇ ਵਿੱਚ ਉਹਦਾ ਚੇਤਾ ਕਰੀਏ ਨਾਮ ਜਪੀਏ ਤੇ ਚਿੱਤ ਨੂੰ ਬੜਾ ਸੁੱਖ ਮਿਲਦਾ ਹਰ ਦੇ ਵਿੱਚ ਵੀ ਐਨ ਸ਼ਾਂਤੀ ਹਿਰਦਾ ਵੀ ਸ਼ਾਂਤ ਰਹਿੰਦਾ ਭਗਤ ਭੀਖਣ ਜੀ ਕਹਿੰਦੇ ਨੇ ਵੀ ਛੇਵਾ ਗੁਣ ਇਹ ਆ ਕਹੋ ਭੀਖਣ ਦੇ ਨੈਣ ਸੰਤੋਖੇ ਜੀ ਦੇ ਅੰਦਰ ਪਰਮੇਸ਼ਰ ਦਾ ਨਾਮ ਰਤਨ ਕਿਨਕਾ ਵੀ ਵਸ ਗਿਆ ਨਾ ਉਹਦੀ ਅੱਖਾਂ ਨੂੰ ਸੰਤੋਖ ਮਿਲ ਜਾਂਦਾ ਉਹਦੇ ਅੰਦਰ ਉਹ ਰੂਪ ਵੇਖਣ ਦੀ ਭੁੱਖ ਪਰਾਇਆ ਤਨ ਵੇਖਣ ਦੀ ਭੁੱਖ ਉਹਦੇ ਨੈਣਾਂ ਨੂੰ ਐਨ ਸੰਤੋਖ ਮਿਲ ਜਾਂਦਾ ਭਗਤ ਜੀ ਕਹਿੰਦੇ ਨੇ ਸਤਵਾਂ ਗੁਣ ਇਹ ਆ ਕਿ ਜਿਹਦੇ ਅੰਦਰ ਨਾਮ ਦਾ ਰਤਨ ਵਸ ਜਾਏ ਨਾ ਜਿਹਹ ਦੇਖਾਂ ਤੈ ਸੋਈ ਉਹ ਫਿਰ ਬੰਦਾ ਜਿੱਧਰ ਵੀ ਵੇਖਦਾ ਉਹਨੂੰ ਰੱਬ ਹੀ ਵਿਖਾਈ ਦਿੰਦਾ ਜਿੱਧਰ ਵੀ ਵੇਖਦਾ ਉਹਨੂੰ ਰੱਬ ਹੀ ਵਿਖਾਈ ਦਿੰਦਾ ਪਰਮੇਸ਼ਰ ਦਾ ਨਾਮ ਰਤਨ ਐਡਾ ਨਿਰਮੋਲ ਕੈ ਐਡਾ ਕੀਮਤੀ ਐ ਐਨੇ ਇਹਦੇ ਵਿੱਚ ਗੁਣ ਨੇ ਜਿਹਨੂੰ ਪ੍ਰਾਪਤ ਹੋ ਜਾਏ ਜਿੱਧਰ ਵੀ ਫੇਰ ਉਹ ਦੇਖਦਾ ਨਾ ਹਰ ਪਾਸੋਂ ਰੱਬ ਹੀ ਵਿਖਾਈ ਦਿੰਦਾ ਸਾ ਸੰਗਤ ਬਾਬਾ ਕਬੀਰ ਜੀ ਕਹਿੰਦੇ ਨੇ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰਨ ਦੇਖਾਂ ਮੈਂ ਤੇ ਵੀ ਦੂ ਨੈਤਰਨਾਂ ਜਿੱਧਰ ਵੀ ਵੇਖਣ ਮੈਨੂੰ ਰੱਬ ਹੀ ਵਿਖਾਈ ਦੇਂਦਾ ਭਗਤ ਨਾਮ ਜੀਪ ਦੀਪ ਜੀ ਦਾ ਇੱਕ ਸ਼ਬਦ ਹੈ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਵੀ ਕਈ ਵਾਰੀ ਦੂਜੇ ਦਾ ਕਿਹਾ ਹੋਇਆ ਨਹੀਂ ਸੁਣਦਾ ਆਪਣਾ ਕਿਹਾ ਹੋਇਆ ਸੁਣ ਜਾਂਦਾ ਜਿਹਦੇ ਅੰਦਰ ਵਸ ਜੇ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਨ ਨੂੰ ਹਰ ਪਾਸੇ ਇਹ ਨਹੀਂ ਕਿ ਇਹ ਆਪਣਾ ਹੈ ਇਹ ਬਗਾਨਾ ਹੈ ਉੱਥੇ ਫਿਰ ਅਵਸਥਾ ਇਹ ਬਣ ਜਾਂਦੀ ਹੈ ਨਾ ਕੋਈ ਬੈਰੀ ਨਹੀਂ ਬੇਗਾਨਾ ਸਗਲ ਸੰਗਮ ਕੋ ਬਣਾਈ ਪਗਤ ਨਾਮਦੇਵ ਜੀ ਕਹਿੰਦੇ ਨੇ ਇਸ ਤਰ੍ਹਾਂ ਕਹਿ ਲੋ ਕਿ ਜਿੱਧਰ ਵੀ ਉਹ ਝਾਤੀ ਪੌਂਦਾ ਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਸਤਿਗੁਰ ਹੈ ਸਤਿਗੁਰ ਹੈ ਸਤਿਗੁਰ ਹੈ ਸਤਿਗੁਰ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹਦੇ ਅੰਦਰ ਵਸ ਜੈ ਨਾ ਕਿੰਕਾ ਜਲੇ ਹਰੀ ਥਲੇ ਹਰੀ ਉਰੇ ਹਰੀ ਬਣੇ ਹਰੀ ਉਹਨੂੰ ਫਿਰ ਜਲ ਵਿੱਚ ਵੀ ਰੱਬ ਲੱਭਦਾ ਹੈ ਉਹਨੂੰ ਫਿਰ ਧਰਤੀ ਤੇ ਵੀ ਰੱਬ ਵਿਖਾਈ ਦਿੰਦਾ ਹੈ ਉਹਨੂੰ ਉਰੇ ਵੀ ਉਹਨੂੰ ਬਣ ਵਿੱਚ ਵੀ ਜੰਗਲ ਵਿੱਚ ਵੀ ਜਲੇ ਹਰੀ ਥਲੇ ਹਰੀ ਉਰੇ ਹਰੀ ਬਣੇ ਹਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਗਿਰੇ ਹਰੀ ਗੁਫੇ ਹਰੀ ਗਿਰੇ ਹਰੀ ਗੁਫੇ ਹਰੀ ਸਿਤੇ ਹਰੀ ਨਬੇ ਹਰੀ ਉਹਨੂੰ ਆਕਾਸ਼ ਵਿੱਚ ਰੱਬ ਵਿਖਾਈ ਦਿੰਦਾ ਉਹਨੂੰ ਧਰਤੀ ਤੇ ਵੀ ਵਿਖਾਈ ਦਿੰਦਾ ਉਹਨੂੰ ਗੁਫਾਵਾਂ ਵਿੱਚ ਵੀ ਰੱਬ ਵਿਖਾਈ ਦਿੰਦਾ ਇਹਾਂ ਹਰੀ ਉਹਾਂ ਹਰੀ ਉਹਨੂੰ ਇੱਥੇ ਵੀ ਰੱਬ ਵਿਖਾਈ ਦੇਂਦਾ ਉਹਨੂੰ ਉੱਥੇ ਵੀ ਰੱਬ ਵਿਖਾਈ ਦੇਂਦਾ ਜ਼ਮੀਂ ਹਰੀ ਜਮਾਂ ਹਰੀ ਉਹਨੂੰ ਜ਼ਮੀਨ ਤੇ ਵੀ ਉਹਨੂੰ ਆਕਾਸ਼ ਵਿੱਚ ਵੀ ਵਿਖਾਈ ਦੇਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬ੍ਰਿਚਸ ਤੂੰ ਹੀ ਪਤਸ ਤੂੰ ਹੀ ਨਦਿਸ ਤੂੰ ਹੀ ਨਦਸ ਤੂੰ ਹੀ ਜਲਸ ਤੂੰ ਹੀ ਥਲਸ ਤੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਨੇ ਇਸ ਤਰ੍ਹਾਂ ਕਹਿ ਲੋ ਜ਼ਮੀਨ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਉਹਨ ਮੱਕੇ ਵਿੱਚ ਵੀ ਰੱਬ ਵਿਖਾਈ ਦਿੰਦਾ ਉਹਨੂੰ ਬਾਹਰ ਵੀ ਮੱਕੇ ਤੋਂ ਵਿਖਾਈ ਦਿੰਦਾ ਇਹ ਨਹੀਂ ਵੀ ਉਹਨੂੰ ਸਿਰਫ ਮੱਕੇ ਵਿੱਚ ਹੀ ਵਿਖਾਈ ਦਿੰਦਾ ਉਹਨੂੰ ਹਰ ਥਾਂ ਰੱਬ ਵਿਖਾਈ ਦਿੰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਲੰਮਾ ਸ਼ਬਦ ਉਚਾਰਨ ਕਰਕੇ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਸਾਰੇ ਕਿਰਪਾ ਕਰੋ ਤੁਹੀ 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 ਜਮਨਾ ਨਦੀ ਦੇ ਕਿਨਾਰੇ ਤੇ ਬੈਠੇ ਹੋਏ ਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਏਡੇ ਰੱਬ ਵਿੱਚ ਲੀਨ ਹੋ ਗਏ ਏਡੇ ਰੱਬ ਵਿੱਚ ਲੀਨ ਹੋ ਗਏ ਤਵਾਰੀਖ ਦੇ ਇਤਿਹਾਸ ਦੇ ਲਿਖਿਆ ਹੋਇਆ ਵੀ ਹਜ਼ੂਰ ਜਿਉ ਲੱਗੇ ਲਿਖਣ ਜਿਉ ਲੱਗੇ ਲਿਖਣ 16000 ਵਾਰੀ ਲਿਖਿਆ ਗਿਆ ਵੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਿਵੇਂ ਬਾਬਾ ਨਾਨਕ ਜੀ ਕਹਿੰਦੇ ਨੇ ਜਦੋਂ ਗਿਣਤੀ 13 ਤੇ ਆਈ 13 13 13 13 13 ਅੰਤ ਨਾ ਜਾਣਾ ਮੇਰੇ ਸਹਬਾ ਮੈਂ ਅੰਧ ਲੈ ਕਹਿ ਚੁਤrai ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਦ ਵਿੱਚ 16 ਵਾਰੀ ਰਹਿਣ ਦਿੱਤਾ ਲਿਖਿਆ ਹੋਇਆ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਵਾਗਤ ਪੀਖਣ ਜੀ ਕਹਿੰਦੇ ਨੇ ਇਹ ਪਰਮੇਸ਼ਰ ਦੇ ਨਾਮ ਦਾ ਸਦਕਾ ਫਰ ਜਿਸ ਪਾਸੇ ਮਨੁੱਖ ਦੇਖਦਾ ਉਦੋਂ ਰੱਬ ਹੀ ਵਿਖਾਈ ਦਿੰਦਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਪੰਕਤੀ ਚ ਬਖਸ਼ਿਸ਼ ਕਰਦੇ ਨੇ ਮੇਰੈ ਹੀਅਰੈ ਰਤਨ ਨਾਮ ਹਰ ਬਸਿਆ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਈ ਉਹ ਨਾਮ ਦਾ ਰਤ ਪਰਮੇਸ਼ਰ ਦਾ ਨਾਮ ਰਤਨ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਗੁਰ ਹਾਥ ਧਰਿਓ ਮੇਰੇ ਮਾਥਾ ਇਹ ਆਪਣੇ ਯਤਨ ਨਾਲ ਨਹੀਂ ਵੱਸਦਾ ਆਪਣੀ ਕੋਸ਼ਿਸ਼ ਨਾਲ ਨਹੀਂ ਵੱਸਦਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਕਦੋਂ ਸਾਡੇ ਅੰਦਰ ਵੱਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਕਹਿੰਦੇ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਮੇਰੇ ਮੱਥੇ ਤੇ ਹੱਥ ਰੱਖ ਦਿੱਤਾ ਗੁਰ ਹਾਥ ਧਰਿਓ ਮੇਰਾ ਮਾਥਾ ਜਦੋਂ ਮੇਰੇ ਮੱਥੇ ਤੇ ਸਿਰ ਤੇ ਹੱਥ ਰੱਖ ਦਿੱਤਾ ਪਰਮੇਸ਼ਰ ਦਾ ਨਾਮ ਮੇਰੇ ਅੰਦਰ ਵਸ ਗਿਆ ਸਾਧ ਸੰਗਤ ਸ੍ਰੀ ਗੁਰੂ ਮਹਾਰਾਜੀ ਦਾ ਇੱਕ ਪਾਵਨ ਬਚਨ ਹੈ ਬੜੇ ਧਿਆਨ ਨਾਲ ਸਰਵਣ ਕਰਨਾ ਮੂਲ ਮੰਤਰ ਵਿੱਚ ਇੱਕ ਸ਼ਬਦ ਆਉਂਦਾ ਇੱਕ ਓੰਕਾਰ ਸਤਨਾਮ ਕਰਤਾ ਅੱਗੇ ਕੀ ਆ ਜੀ ਪੁਰਖ ਪੁਰਖ ਤੋਂ ਭਾਵ ਕੀ ਆ ਕਿ ਉਹ ਹਰ ਥਾਂ ਵਿਆਪਕ ਹੈ ਇਹਦਾ ਭਾਵ ਇਹ ਹੋਇਆ ਕਿ ਰੱਬ ਹਰ ਥਾਂ ਤੇ ਵਿਆਪਕ ਹੈ ਜਿਉ ਗੁਰਮੁਖਾਂ ਦੇ ਅੰਦਰ ਵਸਦਾ ਤੇ ਉਹ ਮਨਮੁਖਾਂ ਦੇ ਅੰਦਰ ਵੀ ਵਸਦਾ ਹੈ ਸਾਧ ਸੰਗਤ ਇਹ ਨਹੀਂ ਕਹ ਸਕਦਾ ਵੀ ਮਨਮੁਖਾਂ ਦੇ ਅੰਦਰ ਰੱਬ ਨਹੀਂ ਵਸਦਾ ਮਨਮੁਖ ਦੇ ਅੰਦਰ ਉਹਦੀ ਜੋਤ ਨਹੀਂ ਜਗਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਪਰ ਜ਼ਰੂਰੀ ਸ਼ਰਤ ਇਹ ਆ ਵੀ ਗੁਰ ਸਾਖੀ ਜੋਤ ਪ੍ਰਗਟ ਹੋਏ ਐਵੇਂ ਪ੍ਰਗਟ ਨਹੀਂ ਹੁੰਦੀ ਜੋਤ ਤੇ ਸਾਰਿਆਂ ਦੇ ਅੰਦਰ ਹੈ ਪਰ ਜਿਵੇਂ ਲਾਲਟਨ ਹੁੰਦੀ ਸੀ ਨਾ ਸਾਡੇ ਘਰ ਵਿੱਚ ਪਹਿਲਾਂ ਸਾਡੇ ਘਰਾਂ ਵਿੱਚ ਲਾਲਟਨ ਹੁੰਦੀ ਲਾਲਟਨ ਦਾ ਸ਼ੀਸ਼ਾ ਕਾਲਾ ਹੋ ਜਾਏ ਨਾ ਤੇ ਬੇਬੇ ਕਹਿੰਦੀ ਹੁੰਦੀ ਸੀ ਪੁੱਤਰ ਸ਼ੀਸ਼ਾ ਸਾਫ਼ ਕਰੋ ਤੇ ਜੇ ਸ਼ੀਸ਼ਾ ਸਾਫ਼ ਨਾ ਹੋਵੇ ਬੱਤੀ ਵੀ ਬਲਦੀ ਹੁੰਦੀ ਹੈ ਜਗਦੀ ਵੀ ਹੁੰਦੀ ਹੈ ਪਰ ਰੋਸ਼ਨੀ ਬਾਹਰ ਨਹੀਂ ਆਉਂਦੀ ਮਹਾਰਾਜ ਕਹਿੰਦੇ ਨੇ ਮਨਮੁਖ ਕੋਠੀ ਅਗਿਆਨ ਅੰਧੇਰਾ ਮਨਮੁਖ ਦੀ ਹਿਰਦੇ ਕੋਠਰੀ ਵਿੱਚ ਵੀ ਰੱਬ ਵਸਦਾ ਹੈ ਜੋਤ ਜਗਦੀ ਹੈ ਪਰ ਉਹਦਾ ਚਾਨਣ ਨਹੀਂ ਪ੍ਰਤੱਖ ਨਹੀਂ ਹੁੰਦਾ ਪਾਪ ਕੇ ਉਹਦਾ ਮਨ ਇੰਨਾ ਕਾਲਾ ਇੰਨੀ ਕਾਲਖ ਲੱਗੀ ਹੁੰਦੀ ਹੈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਉਹ ਪਰਮੇਸ਼ਰ ਹਰ ਇੱਕ ਦੇ ਅੰਦਰ ਵਸਦਾ ਪੁਰਖ ਵਿਆਪਕ ਹੈ ਇੱਕ ਬਚਨ ਬੜੇ ਧਿਆਨ ਦੇ ਨਾਲ ਆਪਾਂ ਸਾਰੇ ਸਰਵਣ ਕਰੀਏ ਪਰ ਸ਼ਰਤ ਇਹ ਹੈ ਗੁਰਦੇਵ ਦਾ ਪਾਵਨ ਬਚਨ ਹੈ ਏਕਾ ਸੰਗਤ ਇਕਤ ਗਰਹਿ ਬਸਤੇ ਰੱਬ ਤੇ ਮਨੁੱਖ ਦੋਵੇਂ ਇੱਕੋ ਘਰ ਵਿੱਚ ਰਹਿੰਦੇ ਹਨ ਪਰਮੇਸ਼ਰ ਅਤੇ ਇਹ ਮਨੁੱਖ ਦੋਵੇਂ ਇੱਕੋ ਘਰ ਵਿੱਚ ਰਹਿੰਦੇ ਹਨ ਇਕੱਠੇ ਰਹਿੰਦੇ ਨੇ ਵੱਖਰੇ ਵੱਖਰੇ ਨਹੀਂ ਰਹਿੰਦੇ ਇਕ ਸੰਗਤ ਇਕਤ ਗ੍ਰਹਿ ਵਸਤੇ ਪਰ ਦੁੱਖ ਦੀ ਬਾਤ ਇਹ ਹੈ ਮਿਲ ਬਾਤ ਨਾ ਕਰਤੇ ਪਾਈ ਰਹਿੰਦੇ ਇਕੱਠੇ ਨੇ ਪਰ ਆਪੋਚ ਇਹਨਾਂ ਦੀ ਗਲਬਤ ਕੋਈ ਨਹੀਂ ਹੁੰਦੀ ਆਪੋਚ ਇਹਨਾਂ ਦੀ ਬਾਤਚੀਤ ਕੋਈ ਨਹੀਂ ਹੁੰਦੀ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਵੀ ਵਿਛੋੜਾ ਉਹਨੂੰ ਨਹੀਂ ਕਹਿੰਦੇ ਪੀ ਪਤੀ ਪਰਦੇਸ ਗਿਆ ਹੋਵੇ ਤੇ ਪਤਨੀ ਘਰ ਵਿੱਚ ਹੋਵੇ ਉਹਨੂੰ ਵਿਛੋੜਾ ਨਹੀਂ ਕਹਿੰਦੇ ਵਿਛੋੜਾ ਉਹਨੂੰ ਕਹਿੰਦੇ ਨੇ ਏਕਾ ਸੇਜ ਪੈ ਮਿਲਣ ਦੇਹਰਾ ਰਹਿੰਦੇ ਵੀ ਇਕੱਠੇ ਨੇ ਪਰ ਆਪੋ ਜੀ ਬੋਲਚਾਲ ਕੋਈ ਨਹੀਂ ਜਿਵੇਂ ਇੱਕ ਦੂਜੇ ਦੇ ਦੁਸ਼ਮਣ ਰਹਿੰਦੇ ਹੋਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਏਕਾ ਸੰਗਤ ਇਕਤ ਗਰਹਿ ਬਸਤੇ ਮਿਲ ਬਾਤ ਨਾ ਕਰਤੇ ਪਾਈ ਇੱਕ ਬਸਤ ਬਿਨ ਪੰਜ ਦਹੇਲੇ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਰੱਬ ਦੇ ਨਾਲ ਗੱਲਬਾਤ ਨਾ ਹੋਵੇ ਬਾਤਚੀਤ ਨਾ ਹੋਵੇ ਉਹ ਜਿਹੜੀ ਕੀਮਤੀ ਵਸਤੂ ਸਾਡੇ ਅੰਦਰ ਹੈ ਨਾ ਉਹ ਛੁਪੀ ਰਹਿੰਦੀ ਇੱਕ ਬਸਤ ਬਿਨ ਪੰਜ ਦਹੇਲੇ ਉਹ ਵਸਤੂ ਪ੍ਰਾਪਤ ਨਹੀਂ ਹੁੰਦੀ ਤੇ ਪੰਜ ਗਿਆਨ ਇੰਦਰੀ ਦੁਖੀ ਰਹਿੰਦੇ ਆਓ ਬਸਤ ਅਗੋਚ ਰਠਾਈ ਉਹ ਬੜੀ ਆਪਹੁੰਚ ਹੈ ਉਹਦੇ ਤੱਕ ਪਹੁੰਚ ਐਵੇਂ ਨਹੀਂ ਹੁੰਦੀ ਜਿਸ ਕਾ ਗ੍ਰਹਿ ਤਿੰਨ ਦੀਆਂ ਤਾਲਾ ਮਹਾਰਾਜ ਕਹਿੰਦੇ ਨੇ ਜਿਨੇ ਸਾਡਾ ਹਿਰਦਾ ਘਰ ਬਣਾਇਆ ਹੈ ਸਰੀਰ ਬਣਾਇਆ ਨਾ ਉਹਨੇ ਘਰ ਬਣਾ ਕੇ ਨੂੰ ਤਾਲਾ ਮਾਰ ਦਿੱਤਾ ਜਿਸ ਕਾ ਗ੍ਰਹਿ ਤਿੰਨ ਦੀਆਂ ਤਾਲਾ ਇਹ ਹਿਰਦਾ ਰੂਪੀ ਸਰੀਰੂਪੀ ਘਰ ਬਣਾ ਕੇ ਵਿੱਚ ਉਹ ਕੀਮਤੀ ਵਸਤੂ ਟਿਕਾ ਕੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਤੇ ਕੁੰਜੀ ਕਿਨੂੰ ਸੌਂਪ ਦਿੱਤੀ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂਪਾਈ ਕੁੰਜੀ ਪੂਰੇ ਗੁਰੂ ਨੂੰ ਸੌਂਪ ਦਿੱਤੀ ਅਨੇਕ ਜਤਨ ਕਰੇ ਨਹੀਂ ਪਾਵੇ ਬਿਨ ਸਤ ਗੁਰ ਸਰਨਾਈ ਮਹਾਰਾਜ ਕਹਿੰਦੇ ਨੇ ਜੋਰ ਲਾ ਲੋ ਕੋਸ਼ਿਸ਼ ਕਰ ਲੋ ਜਿੰਨੀ ਮਰਜ਼ੀ ਯਤਨ ਕਰ ਲੋ ਇਹ ਚਾਬੀ ਇਹ ਕੁੰਜੀ ਪੂਰੇ ਗੁਰੂ ਦੇ ਕੋਲ ਹੈ ਉਨੀ ਦੇਰੇ ਜੰਦਰਾ ਨਹੀਂ ਖੁੱਲਦਾ ਉਹ ਚੀਜ਼ ਛੁਪੀ ਹੀ ਰਹਿੰਦੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਰਤਨ ਮੇਰੇ ਹਿਰਦੇ ਵਿੱਚ ਵਸ ਗਿਆ ਹੈ ਵਸਿਆ ਉਦੋਂ ਜਦੋਂ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਸਾਧ ਸੰਗਤ ਭਟ ਸਹਿਬਾਨਾਂ ਦਾ ਇੱਕ ਪਾਵਨ ਬਚਨ ਹੈ ਗੁਰੂ ਰਾਮਦਾਸ ਜੀ ਦੇ ਪਾਵਨ ਸਵੀਆਂ ਚ ਸਮਰੱਥ ਗੁਰੂ ਸਿਰ ਹੱਥ ਤਰਿਓ ਗੁਰੂ ਸਮਰੱਥ ਹੈ ਜਦੋਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਗੁਰੂ ਰਾਮਦਾਸ ਮਹਾਰਾਜ ਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਗੁਰੂ ਜੀ ਨੇ ਕਿਰਪਾ ਕੀਤੀ ਤੇ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਜਿਸ ਦੇਖ ਚਰਨ ਅਗਨ ਹਰਿਓ ਜਿਸ ਗੁਰੂ ਰਾਮਦਾਸ ਜੀ ਦੇ ਚਰਨਾਂ ਨੂੰ ਦੇਖ ਕੇ ਦਰਸ਼ਨ ਕਰਕੇ ਸਾਰੇ ਪਾਪ ਨਾਸ਼ ਹੋ ਜਾਂਦੇ ਨੇ ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਗਿਆ ਨਿਸਵਾਸਰ ਏਕ ਸਮਾਨ ਤਿਆਨ ਮਹਾਰਾਜ ਕਹਿੰਦੇ ਨੇ ਪਟ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੀ ਲਿਬ ਹੁਣ ਦਿਨ ਰਾਤ ਉਹਦੇ ਵਿੱਚ ਲੱਗੀ ਰਹਿੰਦੀ ਹੈ ਭਨਦਾਸ ਸੁਆਸ ਜਗਤਰ ਗੁਰੂ ਕੀ ਏ ਨਾਲ ਪਟ ਦੁਨੀਆ ਨੂੰ ਦੱਸ ਦੇ ਵੀ ਤਨ ਗੁਰੂ ਰਾਮਦਾਸ ਮਹਾਰਾਜ ਨੂੰ ਕੇਵਲ ਗੁਰੂ ਅਮਰਦਾਸ ਜੀ ਦੀ ਆਸ ਹੈ ਹੋਰ ਕਿਸੇ ਦੀ ਆਸ ਨਹੀਂ ਹੈ ਪਾਰਸ ਭੇਟ ਪਰਸ ਕਰਿਓ ਰਾਸਮਰਥ ਗੁਰੂ ਸਿਰ ਹੱਥ ਤਰਿਓ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ ਸਮਰੱਥ ਗੁਰੂ ਜੀ ਨੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ RAMDAS GURU HAR SAT KIYO ਗੁਰੂ RAMDAS ਜੀ ਨੂੰ ਸਦਾ ਅਟੱਲ ਕਰ ਦਿੱਤਾ ਸਦੀਵੀ ਤੌਰ ਤੇ ਅਟੱਲ ਕਰ ਦਿੱਤਾ ਜਦੋਂ ਗੁਰੂ ਅਮਰਦਾਸ ਜੀ ਨੇ ਹੱਥ ਰੱਖਿਆ ਪਰਮੇਸ਼ਰ ਦਾ ਨਾਮ ਉਦੋਂ ਸਾਡੇ ਹਿਰਦੇ ਵਿੱਚ ਵਸਿਆ ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖ ਦਿੱਤਾ ਜੀ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਪਰਮੇਸ਼ਰ ਦਾ ਨਾਮ ਅੰਦਰ ਵਸਣ ਦੀ ਦੇਰ ਹੋਈ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਸੜ ਕੇ ਸੁਆਹ ਹੋ ਗਏ ਦੁੱਖ ਉੱਤਰ ਗਏ ਗੁਰ ਨਾਮ ਦੀਓ ਰਨ ਲਾਥਾ ਪਰਮੇਸ਼ਰ ਦਾ ਨਾਮ ਗੁਰਦੀਪ ਨੇ ਐਸਾ ਬਖਸ਼ਿਸ਼ ਕੀਤਾ ਸਾਡੇ ਕਰਜ਼ੇ ਲੈ ਗਏ ਸਾਰੇ ਸਾਧ ਸੰਗਤ ਇੱਕ ਤੇ ਸਾਡੇ ਸਿਰ ਤੇ ਕਰਜ਼ਾ ਹੈ ਵਿਕਾਰਾਂ ਦਾ ਇੱਕ ਸਾਡੇ ਸਿਰ ਤੇ ਕਰਜ਼ਾ ਹੈ ਪਾਪਾਂ ਦਾ ਸਾਹ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਦੁਨਿਆਵੀ ਕਰਜ਼ੇ ਵੀ ਉਤਰ ਜਾਂਦੇ ਨੇ ਤੇ ਪਾਪਾਂ ਦੇ ਕਰਜ਼ੇ ਵੀ ਉਤਰ ਜਾਂਦੇ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਸੇਵਾ ਕਰਦੇ ਸੀ ਨਾ ਟੋਕਰੀ ਢੋਂਦੇ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਲਾਹੌਰ ਦੇ ਜਿਹੜੇ ਸੋਢੀ ਮਹਾਰਾਜ ਦੇ ਵੱਡ ਵਡੇਰੇ ਸੀ ਹਰਦਵਾਰ ਚੱਲੇ ਸੀ ਗੋਇੰਦਵਾਲ ਸਾਹਿਬ ਦੇ ਪਤਨ ਥਾਈ ਉਹਨਾਂ ਨੇ ਲੰਘਣਾ ਸੀ ਹਨੇਰਾ ਹੋ ਗਿਆ ਰਾਤ ਰਹਿ ਭੀ ਉਦੋਂ ਦਿਨ ਸੁਪਣ ਤੇ ਆ ਗਿਆ ਆਖਣ ਲੱਗੇ ਭੀ ਇੱਥੇ ਰਹਿ ਭੀ ਉਹਨਾਂ ਦਾ ਆਗੂ ਸੀ ਬਾਬਾ ਮੰਗਲ ਇੱਕ ਸੇਵਾਦਾਰ ਨੂੰ ਪੁੱਛਣ ਲੱਗਾ ਭੀ ਸਾਡੇ ਲਾਹੌਰ ਦਾ ਇੱਕ ਮੁੰਡਾ ਰਹਿੰਦਾ ਹੈ ਇੱਥੇ ਜੇਠਾ ਉਹ ਕਿੱਥੇ ਹੈ ਆਖਣ ਲੱਗੇ ਜੀ ਇੱਥੇ ਹੀ ਪਈ ਸਾਨੂੰ ਮਲਾ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬੁਲਾਉਣ ਵਾਸਤੇ ਸਿੱਖ ਗਿਆ ਕਹਿੰਦੇ ਨੇ ਮਿੱਟੀ ਦੀ ਟੋਕਰੀ ਚੁੱਕੀ ਹੋਈ ਸੇਖ ਨੇ ਜਾ ਕੇ ਆਖਿਆ ਪਈ ਭਾਈ ਜੇਠਾ ਜੀ ਤੁਹਾਨੂੰ ਕੋ ਮਿਲਣ ਵਾਸਤੇ ਤੁਹਾਡੇ ਲਾਹੌਰ ਤੋਂ ਵੱਡ ਵਡੇਰੇ ਆਏ ਹਨ ਮਿੱਟੀ ਦੀ ਟੋਕਰੀ ਸੁੱਟ ਕੇ ਸਿਰ ਤੇ ਬਿੰਨੂ ਕਿਸੇ ਲਾ ਕੇ ਜੇ ਇੰਨੂੰ ਵੀ ਕਿਹਾ ਜਾਂਦਾ ਹੱਥ 'ਚ ਟੋਕਰੀ ਫੜੀ ਹੋਈ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਤੇ ਮਿੱਟੀ ਪਈ ਹੋਈ ਸੋਹਣੇ ਮੁਖੜੇ ਤੇ ਮਿੱਟੀ ਪਈ ਹੋਈ ਕਹਿੰਦੇ ਨੇ ਬਾਬਾ ਮੰਗਲ ਬੜੇ ਗੁੱਸੇ ਨਾਲ ਆਖਣ ਲੱਗਾ ਓਏ ਸਾਡੇ ਲਾਹੌਰ ਵਾਲੇ ਛੋਡੀਆਂ ਚ ਉਹ ਹਰਦਾਸ ਦਾ ਮੁੰਡਾ ਤੂੰ ਹੀ ਧੰਗੁਰੂ ਰਾਮਦਾਸ ਮਹਾਰਾਜ ਵਿੱਚ ਐਡੀ ਨਿਮਰਤਾ ਸੀ ਬੜੇ ਪਿਆਰ ਨਾਲ ਆਖਣ ਲੱਗੇ ਟੋਕਰੀ ਰੱਖ ਕੇ ਹੱਥ ਜੋੜ ਕੇ ਆਖਣ ਲੱਗੇ ਹਾਂ ਬਾਬਾ ਜੀ ਹਰਦਾਸ ਦਾ ਪੁੱਤਰ ਮੈਂ ਹੀ ਅਸੀਂ ਸੁਣਿਆ ਵੀ ਗੁਰੂ ਅਮਰਦਾਸ ਨੇ ਆਪਣੀ ਬੇਟੀ ਦਾ ਰਿਸ਼ਤਾ ਤੇਰੇ ਵੱਲ ਕਰ ਦਿੱਤਾ ਧੰਨ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਗਰੀਬ ਜਾਣ ਕੇ ਉਹਨਾਂ ਨੇ ਨਵਾਜਿਆ ਹੈ ਮੇਰੇ ਵਰਗਾ ਹੋਰ ਗਰੀਬ ਕੋਈ ਨਹੀਂ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਨਵਾਜਿਆ ਹੈ ਨਿਥਾਵਾਂ ਕਰਕੇ ਥਾਂ ਦਿੱਤਾ ਹੈ ਨਿਮਾਣਾ ਕਰਕੇ ਮਾਣ ਦਿੱਤਾ ਹੈ ਇੱਕ ਸੋਢੀ ਬੋਲਿਆ ਉਹ ਕਹਿੰਦਾ ਉਹ ਸੌਰਿਆਂ ਦੇ ਘਰ ਵਿੱਚ ਟੋਕਰੀ ਢੋ ਕੇ ਰੋਟੀ ਖਾਂਣ ਜੇ ਟੋਕਰੀ ਢੋਗੇ ਰੋਟੀ ਖਾਣੀ ਹੈ ਤੇ ਲਾਹੌਰ ਆ ਜਾ ਇੱਕ ਸੋਢੀ ਹੋਰ ਬੋਲਿਆ ਉਹ ਆਖਣ ਲੱਗਾ ਓਏ ਇਹਦੇ ਸਿਰ ਤੇ ਟੋਕਰੀ ਮਿੱਟੀ ਦੀ ਨਹੀਂ ਇਹਦੇ ਸਿਰ ਤੇ ਬਦਨਾਮੀ ਦੀ ਟੋਕਰੀ ਇੱਕ ਸੋਢੀ ਬੋਲਿਆ ਆਖਣ ਲੱਗਾ ਤੂੰ ਸਾਡੇ ਸੋਢੀਆਂ ਦੇ ਸਿਰ ਕਰਜ਼ਾ ਚਾੜ ਦਿੱਤਾ ਹੈ ਚੌਥਾ ਪੰਜਵਾਂ ਹੋਰ ਬੋਲਿਆ ਆਖਣ ਲੱਗਾ ਤੂੰ ਤੇ ਸਹੁਰਿਆਂ ਦਾ ਗੁਲਾਮ ਹੋ ਗਿਆ ਗੁਲਾਮ ਦੀ ਵੀ ਕੋਈ ਜ਼ਿੰਦਗੀ ਹੁੰਦੀ ਹੈ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਦੀ ਬਾਹ ਫੜ ਕੇ ਨਾ ਗੁਰੂ ਅਮਰਦਾਸ ਜੀ ਦੇ ਕੋਲ ਲੈ ਗਏ ਜਿਹੜੀਆਂ ਗੱਲਾਂ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਨੂੰ ਆਖਿਆ ਸੀ ਨਾ ਉਹ ਗੁਰੂ ਅਮਰਦਾਸ ਮਹਾਰਾਜ ਨੂੰ ਜਾ ਕੇ ਸੋਡੀਆਂ ਨੇ ਕਹਿ ਦਿੱਤੀਆਂ ਇਤਿਹਾਸ ਵਿੱਚ ਬਚਨ ਆਉਂਦੇ ਨੇ ਵੀ ਇੱਕ ਨੇ ਆਖਿਆ ਕਿ ਜੇ ਇਹਦੇ ਮਾਤਾ ਪਿਤਾ ਮਰ ਗਏ ਸੀ ਵਿਚਾਰਾ ਜ਼ਤੀਮ ਹੋ ਗਿਆ ਤੇ ਇਹਦੇ ਕੋਲੋਂ ਟੋਕਰੀ ਤੇ ਨਹੀਂ ਸਨ ਟੋਣੀ ਚਾਹੀਦੀ ਇੱਕ ਸੜਿਆ ਬਲਿਆ ਆਖਣ ਲੱਗਾ ਇਹ ਦੁਨਿਆਵੀ ਲੋਕਾਂ ਦੀ ਬਲ ਗੱਲ ਹੈ। ਇਹ ਆਖਣ ਲੱਗਾ ਅਸੀਂ ਤੇ ਕਹਿੰਨੇ ਆਂ ਜਿੱਥੇ ਇਹਦੇ ਮਾਤਾ ਪਿਤਾ ਗੁਜ਼ਰੇ ਨਹੀਂ ਕਿਤੇ ਇਹ ਵੀ ਗੁਜ਼ਰ ਜਾਂਦਾ ਤੇ ਇਹਨੂੰ ਇਹ ਦਿਨਾਂ ਵੇਖਣੇ ਪੈਂਦੇ। ਇਹਨੇ ਕਰਜ਼ਾ ਚਾੜ ਦਿੱਤਾ ਸੋਡੀਆਂ ਦੇ ਸਿਰ ਤੇ। ਤਨ ਗੁਰੂ ਅਮਰਦਾਸ ਮਹਾਰਾਜ ਮੁਸਕਰਾ ਕੇ ਆਖਣ ਲੱਗੇ ਸੋਡਿਓ। ਉਹ ਤੁਸੀਂ ਕਹਿੰਦੇ ਹੋ ਵੀ ਬਦਨਾਮੀ ਦੀ ਟੋਕਰੀ ਹੈ ਇਹਦੇ ਸਿਰ ਤੇ। ਔਰ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਕੋਲ ਨੂੰ ਇਹਨੇ ਦਾਗ ਲਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਮੁਸਕਰਾ ਕੇ ਮੌਜ ਉਚਾਨ ਕੇ ਆਖਣ ਲੱਗੇ ਛੋਡਿਓ ਜੇ ਇਹ ਮੁੰਡਾ ਤੁਹਾਡੇ ਖਾਨਦਾਨ ਤੇ ਨਾ ਜੰਮਦਾ ਤੇ ਤੁਹਾਨੂੰ ਕੌਣ ਜਾਣਦਾ ਸੀ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਤੁਸੀਂ ਕਹਿੰਦੇ ਹੋ ਕਰਜ਼ਾ ਛਾੜ ਦਿੱਤਾ ਛੋਡਿਓ ਤੁਹਾਡੇ ਸਿਰ ਤੋਂ ਕਰਜ਼ਾ ਲਾਹ ਦਿੱਤਾ ਇਸ ਮੁੰਡੇ ਨੇ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਗੁਰੂ ਅਮਰਦਾਸ ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ ਇਹਦੇ ਸਿਰ ਤੇ ਦイール ਦੁਨੀਆ ਦਾ ਰਿਜਕ ਚੁੱਕਿਆ ਹੋਇਆ ਹੈ ਰਿਜਕ ਚੁੱਕੀ ਫਿਰਦਾ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਗੁਰ ਨਾਮ ਦਿਓ ਰਣ ਲਾਥਾ ਗੁਰੂ ਅਮਰਦਾਸ ਨੇ ਇਹੋ ਜਾਂ ਨਾਮ ਦਿੱਤਾ ਕਰਜੇ ਸਾਰੇ ਲੈ ਗਏ ਵੇਖਿਆ ਨਾ ਗੁਰੂ ਰਾਮਦਾਸ ਮਹਾਰਾਜ ਜਿਸ ਦਿਨ ਪਹਿਲੇ ਦਿਨ ਗੱਦੀ ਤੇ ਬੈਠੇ ਨੇ ਉਹਨਾਂ ਨੇ ਸ਼ਬਦ ਪਹਿਲਾ ਕਿਹੜਾ ਉਚਾਰਨ ਕੀਤਾ ਮਾਇਆ ਦਾ ਮੀਂਹ ਵਰ ਗਿਆ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਮਹਾਰਾਜ ਨੇ ਪੁੱਤਰਾਂ ਨੂੰ ਆਖਿਆ ਮੱਥਾ ਟੇਕੋ ਮੋਰੀ ਪੋਤ ਸੰਮੁਖੋ ਮੋਰੀ ਪੋਤ ਨੇ ਮੱਥਾ ਟੇਕਿਆ ਸੰਗਤ ਨੇ ਮੱਥਾ ਟੇਕਿਆ ਕੋਈ ਕਰ ਬਖੀਲੀ ਨਿਵੇਂ ਨਾਹੀ ਫਿਰ ਸਤਗੁਰੂ ਆਨ ਨਵਾਇਆ ਬਾਬਾ ਬੁੱਢਾ ਜੀ ਨੇ ਆਖਿਆ ਹੇ ਗੁਰੂ ਅਮਰਦਾਸ ਮਹਾਰਾਜ ਉਹ ਦੋ ਤਿੰਨ ਬੰਦੇ ਬੈਠੇ ਨੇ ਉਹ ਈਰਖਾ ਵਿੱਚ ਆਣ ਕੇ ਉਹਨਾਂ ਮੱਥਾ ਨਹੀਂ ਟੇਕਿਆ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਉੱਠ ਕੇ ਗਏ ਤੇ ਉਹਨਾਂ ਨੂੰ ਬਹੁ ਫੜ ਕੇ ਆਖਣ ਲੱਗੇ ਕੋਈ ਕਰ ਬਖੀਲੀ ਨਿਵੇਂ ਨਾਹੀ ਫਿਰ ਸਤ ਗੁਰ ਆਣ ਨਵਾਇਆ ਗੁਰੂ ਅਮਰਦਾਸ ਆਖਣ ਲੱਗੇ ਆਓ ਭਈ ਆਓ ਮੱਥਾ ਟੇਕੋ ਗੁਰੂ ਹੁਣ ਮੈਂ ਨਹੀਂ ਗੁਰੂ ਰਾਮਦਾਸ ਹੈ ਹਰ ਗੁਰੂ へ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਹਰ ਜਾਏ ਜਿਉ ਜਿਹੜੀ ਮੈਂ ਵਡਿਆਈ ਦਿੱਤੀ ਆ ਮੈਂ ਵਡਿਆਈ ਨਹੀਂ ਦਿੱਤੀ ਤੁਰ ਤੋਂ ਇਹਦੇ ਭਾਗਾਂ ਵਿੱਚ ਲਿਖੀ ਹੋਈ ਸੀ ਤੁਰ ਤੋਂ ਪਰਮੇਸ਼ਰ ਨੇ ਤੇ ਗੁਰੂ ਨੂੰ ਮਨਜ਼ੂਰ ਤੇ ਪਾਣਾ ਏ ਸੀ ਗੁਰੂ ਦਾ ਪਰਮੇਸ਼ਰ ਨੂੰ ਮਨਜ਼ੂਰ ਏ ਸੀ ਇਹ ਵਡਿਆਈ ਇਹਦੇ ਮੱਥੇ ਤੇ ਤੁਰ ਤੋਂ ਲਿਖੀ ਤੁਸੀਂ ਈਰਖਾ ਕਿਉਂ ਕਰਦੇ ਹੋ ਮਹਾਰਾਜ ਕਹਿੰਦੇ ਨੇ ਮੇਰੇ ਕਰਦੇ ਸਾਰੇ ਉੱਤਰ ਗਏ ਤੇ ਬੈਠਦੇ ਅਨਸਾਰ ਮਹਾਰਾਜ ਨੇ ਫਿਰ ਵਾਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਵਾਰਾਗ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਇਹ ਗੁਰੂ ਅਮਰਦਾਸ ਜਦੋਂ ਮੈਂ ਤੁਹਾਡੇ ਪਿੰਡ ਆਇਆ ਸੀ ਤੁਹਾਨੂੰ ਤੇ ਪਤਾ ਹੀ ਨਹੀਂ ਮੇਰੀ ਕੀ ਹਾਲਤ ਸੀ ਜੋ ਹਮਰੀ ਬਿਦ ਹੋਤੀ ਮੇਰੇ ਸਤ ਗੁਰਾ ਸਾਬਿਦ ਤੁਮਹਰ ਜਾਣੋ ਆਪੇ ਅਮਰੁੱਲ ਤੇ ਫਿਰਦੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗੀਰੇ ਹਮ ਥਾਪੇ ਗੁਰੂ ਅਮਰਦਾਸ ਨੂੰ ਬਾਣੀ ਪੜ ਕੇ ਦੇਖੋ ਗੁਰੂ ਰਾਮਦਾਸ ਜੀ ਮਿੱਤਰ ਕਹਿੰਦੇ ਨੇ ਮਿੱਤਰ ਮੇਰਾ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਜਦੋਂ ਸੋਦਰ ਦੀ ਬਾਣੀ ਪੜਦੇ ਆ ਨਾ ਆਪਾਂ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਮੀਤ ਗੁਰਦੇਵ ਹੇ ਮੇਰੇ ਮਿੱਤਰ ਗੁਰਦੇਵ ਮਿੱਤਰ ਤੇ ਉਹ ਆ ਜਿਹੜਾ ਔਖੇ ਵੇਲੇ ਕੰਮ ਆਏ ਜਿਹੜਾ ਮੁਸੀਬਤ ਵੇਲੇ ਕੰਮ ਆਏ ਮੁਸੀਬਤ ਵੇਲੇ ਜੇ ਕੋ ਕੰਮ ਆਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਹੀ ਆਏ ਗੁਰੂ ਰਾਮਦਾਸ ਜੀ ਦੇ ਹਜ਼ੂਰ ਕਹਿੰਦੇ ਨੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਸਾਧ ਸੰਗਤ ਮੈਨੂੰ ਯਾਦ ਆ ਗਿਆ ਪਿੱ ਤਿੰਨ ਕ ਮਹੀਨੇ ਭਗਤ ਪੂਰਨ ਸਿੰਘ ਹੋਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਜਦੋਂ ਸੋਦਰ ਦਾ ਪਾਠ ਕਰਦੇ ਹੁੰਦੇ ਸੀ ਨਾ ਕਈ ਵਾਰੀ ਪਾਠ ਉਹਨਾਂ ਨੇ ਕਹਿਣਾ ਵੀ ਸੁਣਾਓ ਕਈ ਵਾਰੀ ਪਾਠ ਸੁਣਾਉਣ ਦਾ ਮੌਕਾ ਮਿਲਿਆ ਭਗਤਪੂਰਨ ਸਿੰਘ ਹੋਰਾਂ ਜਗਤ ਦੀ ਸੰਸਾਰ ਦੀ ਮਹਾਨ ਹਸਤੀ ਭਗਤ ਬਾਣਾ ਕੋ ਸੌਖਾ ਨਹੀਂ ਹੈ ਮੈਨੂੰ ਯਾਦ ਆਦਾ ਵੀ ਕਈ ਵਾਰੀ ਪਾਠ ਕਰਨ ਦਾ ਮੌਕਾ ਮਿਲਿਆ ਜਦੋਂ ਇੱਥੇ ਪਾਠ ਹੋਣਾ ਨਾ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾ ਪ੍ਰਗਾ ਭਗ ਜੀ ਨੇ ਬਾਰ ਬਾਰ ਕਹਿਣਾ ਫਿਰ ਸੁਣਾਓ ਫਿਰ ਸੁਣਾਣਾ ਫਿਰ ਸੁਣਾਓ ਪੰਜ ਪੰਜ ਸੱਤ ਸੱਤ ਵਾਰੀ ਇਹ ਪੰਕਤੀ ਸੁਣਨੀ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾ ਪ੍ਰਗਾਸ ਮੇਰੇ ਅੰਦਰ ਨਾਮ ਦਾ ਪ੍ਰਗਾਸ ਕਰੋ ਤੇ ਧੰ ਗੁਰਦੇਵ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਅੰਦਰ ਵਸ ਗਿਆ ਮੇਰੇ ਕਰਜ਼ੇ ਸਾਰੇ ਲੈ ਗਏ ਮੈਂ ਇੱਕ ਬੇਨਤੀ ਕਰਾਂਗਾ ਵੀ ਕਰਜ਼ਾ ਤੇ ਸਾਡੇ ਸਾਰਿਆਂ ਦੇ ਸਿਰ ਤੇ ਹੀ ਆ ਇਹ ਨਹੀਂ ਵੀ ਇੱਕ ਦੇ ਸਿਰ ਤੇ ਕਰਜ਼ਾ ਬਾਬਾ ਕਬੀਰ ਜੀ ਕਹਿੰਦੇ ਨੇ ਅਸੀਂ ਸਾਰੇ ਉਹਦੇ ਕਰਜ਼ਈ ਆ ਰੱਬ ਦੇ ਗੁੱਸਾ ਨਾ ਕਰਿਓ ਬਾਬਾ ਕਬੀਰ ਜੀ ਕਹਿੰਦੇ ਨੇ ਕਰਜ਼ਾ ਚੁੱਕਣਾ ਸੌਖਾ ਪਰ ਵਾਪਸ ਕਰਨਾ ਔਖਾ ਜਦੋਂ ਬੰਦਾ ਕਰਜ਼ਾ ਚੁੱਕ ਲੈਂਦਾ ਤੇ ਕਿਸ਼ਤ ਵਾਪਸ ਕਰਨ ਦੀ ਵਾਰੀ ਆਵੇ ਨਾ ਬਾਬਾ ਕਬੀਰ ਜੀ ਦਾ ਬਚਨ ਨਾ ਬੰਦਾ ਕਹਿੰਦਾ ਵੀ ਚਲੋ ਕਣਕੋ ਆਹ ਕੰਮ ਕਰ ਲਓ ਝੋਨਾ ਆਏਗਾ ਤੇ ਫਿਰ ਕਿਸ਼ਤ ਤਾਰਾਂਗੇ ਝੋਨਾ ਆਏ ਤੇ ਕਹਿੰਦਾ ਵੀ ਗੰਨੇ ਤੋਂ ਕਿਸ਼ਤ ਤਾਰਾਂਗੇ ਗੰਨਾ ਆਏ ਤੇ ਕਹਿੰਦਾ ਮੱਕੀ ਤੋਂ ਤਾਰਾਂਗੇ ਇਸ ਤਰ੍ਹਾਂ ਟਾਲ ਮਟੋਲ ਕਰੀ ਜਾਂਦਾ ਬਾਬਾ ਕਬੀਰ ਜੀ ਪਤਾ ਕੀ ਕਹਿੰਦੇ ਨੇ ਕਬੀਰ ਟਾਲ ਲੈ ਟੋਲ ਲੈ ਦਿਨ ਗਿਆ ਵਿਆਜ ਵਧੰਤ ਹੋ ਜਾਏ ਉਧਰੋ ਟਾਲ ਮਟੋਲ ਕਰੀ ਜਾਂਦਾ ਉਧਰੋ ਜਿਹੜਾ ਸਿਰ ਤੇ ਕਰਜ਼ਾ ਹੈ ਉਹਦਾ ਵਿਆਜ ਵਧੀ ਜਾਂਦਾ ਕਬੀਰ ਟਾਲ ਲੈ ਟੋਲ ਲੈ ਦਿਨ ਗਿਆ ਵਿਆਜ ਵਧੰਤ ਹੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚ ਆਏ ਬਾਬਾ ਕਬੀਰ ਜੀ ਕਹਿੰਦੇ ਨੇ ਹਰ ਬੰਦੇ ਨੇ ਇੱਕ ਚਿੱਠਾ ਲਿਖਿਆ ਹੋਇਆ ਚਿੱਠਾ ਬੰਦਾ ਕਹਿੰਦਾ ਵੀ ਆਹ ਕੰਮ ਹੋ ਜੇ ਆਹ ਕੰਮ ਹੋ ਜੇ ਫਿਰ ਮੈਂ ਰੱਬ ਰੱਬ ਕਰਾਂਗਾ ਬਾਬਾ ਕਬੀਰ ਜੀ ਕਹਿੰਦੇ ਨੇ ਐਡਾ ਬੇਈਮਾਨ ਹੈ ਵੀ ਜਿੰਨੇ ਕੰਮ ਉੱਪਰੋਂ ਹੋਈ ਜਾਂਦੇ ਨੇ ਥੱਲੇ ਹੋਰ ਲਿਖੀ ਜਾਂਦਾ ਨਾ ਹਾਰ ਭਜਿਓ ਨਾ ਖੱਤ ਫਟਿਓ ਬਾਬਾ ਕਬੀਰ ਜੀ ਕਹਿੰਦੇ ਕਦੇ ਕਹਿੰਦਾ ਮੇਰਾ ਪੁੱਤਰ ਸੈੱਟ ਹੋ ਜੇ ਪੋਤਰਾ ਸੈੱਟ ਹੋ ਜੇ ਫਿਰ ਗਾਂ ਚਿੰਤਾ ਪੈ ਜਾਂਦੀ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਤੂੰ ਕਹਿਣਾ ਵੀ ਇਹ ਮੇਰੇ ਲੋੜਾਂ ਪੂਰੀਆਂ ਹੋ ਜਾਣ ਇਹ ਕੰਮ ਹੋ ਜਾਣ ਫਿਰ ਰੱਬ ਰੱਬ ਕਰਾਂਗਾ। ਬਾਬਾ ਕਬੀਰ ਜੀ ਕਹਿੰਦੇ ਨੇ ਨਾ ਹਾਰ ਭਾਜੀ ਉਹ ਨਾ ਖਾਤ ਫਟਿਓ ਨਾ ਤੇਰਾ ਖਸਮਾਂ ਨੂੰ ਖਾਣਾ ਇਹ ਚਿੱਠਾ ਮੁਕਣਾ ਤੇ ਨਾ ਤੂੰ ਰੱਬ ਰੱਬ ਜਪਣਾ ਉਦੋਂ ਹੀ ਪਤਾ ਲੱਗਦਾ ਜਦੋਂ ਕਾਲ ਪਹੁੰਚੋ ਐ ਜਦੋਂ ਕਾਲ ਬੋਦੀ ਤੋਂ ਆਣ ਕੇ ਪਕੜ ਲੈਂਦਾ। ਮਹਾਰਾਜ ਕਹਿੰਦੇ ਨੇ ਭਾਈ ਸਾਡੇ ਸਿਰ ਤੇ ਜਿਹੜਾ ਕਰਜ਼ਾ ਪਰਮੇਸ਼ਰ ਦਾ ਨਾਮ ਜਪੇ ਉਤਰਦਾ ਹੈ ਹਜੂਰ ਕਹਿੰਦੇ ਨੇ ਸਾਡੇ ਸਾਰੇ ਕਰਜ਼ੇ ਉਤਰ ਗਏ ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨ ਪਰਮੇਸ਼ਰ ਦਾ ਨਾਮ ਜਪਿਆ ਕਰ ਸਾਰੇ ਪਦਾਰਥ ਹੀ ਪ੍ਰਾਪਤ ਹੋ ਜਾਂਦੇ ਨੇ ਪਰ ਪੂਰ ਹੈ ਹਰ ਨਾਮ ਅੰਤੜੜਾਇਆ ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਨੇ ਐਸਾ ਨਾਮ ਪੱਕਾ ਕਰਵਾਇਆ ਐਸਾ ਨਾਮ ਦ੍ਰਿੜ ਕਰਵਾਇਆ ਇੱਥੇ ਸ਼ਬਦ ਆਉਂਦਾ ਗੁਰਪੂਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਤੇ ਗੁਰ ਚੇਲੇ ਫਣ ਹੁਆ ਕਾਚੇ ਗੁਰ ਤੇ ਮੁਕਤਨ ਹੁਆ ਪਈ ਕੱਚੇ ਗੁਰੂ ਕੋਲੋਂ ਮੁਕਤੀ ਪ੍ਰਾਪਤ ਨਹੀਂ ਹੁੰਦੀ ਮੁਕਤੀ ਉਦੋਂ ਪ੍ਰਾਪਤ ਹੋਵੇਗੀ ਜਦੋਂ ਪੂਰੇ ਗੁਰੂ ਦੇ ਲੜ ਲੱਗੋਗੇ ਸਾਧ ਸੰਗਤ ਅਸੀਂ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਸਿੱਖ ਦਾ ਪੂਰਾ ਗੁਰੂ ਕੌਣ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਤਸ਼ਾਹ ਸਾਧ ਸੰਗ ਜਿੰਨਾ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰਕੇ ਗਏ ਅਸਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਅਸੀਂ ਜਦੋਂ ਕਾਲਜ ਵਿੱਚ ਪੜ੍ਹਦੇ ਸਨ ਬੜੇ ਧਿਆਨ ਨਾਲ ਸੁਣ ਸਾਡੇ ਉਸਤਾਦ ਪ੍ਰਿੰਸੀਪਲ ਪ੍ਰਕਾਸ਼ ਸਿੰਘ ਜੀ ਮੈਨੂੰ ਅਜੇ ਤੱਕ ਯਾਦ ਹੈ ਵੀ ਗੁਰੂ ਗਰੰਥ ਸਾਹਿਬ ਤੋਂ ਇਹਨਾਂ ਦਾ ਨਿਸ਼ਚਾ ਡੋਲ ਨਾ ਜਾਏ ਐਸੇ ਤਰੀਕੇ ਨਾਲ ਸਮਝਾਇਆ ਗੁਰੂ ਰਾਮਦਾਸ ਜੀ ਨੇ ਐਸੀ ਮਿਹਰ ਕੀਤੀ ਵੀ ਇੱਕ ਇੱਕ ਬੋਲ ਉਹਨਾਂ ਦਾ ਮੇਰੇ ਹਿਰਦੇ ਵਿੱਚ ਉਕਰਿਆ ਹੋਇਆ ਆਜੋ ਸਰੀਰ ਦੇ ਰੂਪ ਵਿੱਚ ਨਹੀਂ ਰਹੇ ਅਰਬੀ ਫਾਰਸੀ ਬੜੀਆਂ ਪੁਸ਼ਾਵਾਂ ਦੇ ਗਿਆਤਾ ਸਨ ਕਹਿਣ ਲੱਗੇ ਬੇਟਾ ਸਾਡਾ ਗੁਰੂ ਹੈ ਧੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ ਦੇਖੇ ਗਏ। ਕਹਿਣ ਲੱਗੇ ਬੇਟਾ ਕਿਤੇ ਗੁਰਦੁਆਰੇ 'ਚ ਸੰਗਤ ਬੈਠੀ ਹੋਵੇ। ਦੀਵਾਨ ਲੱਗਿਆ ਹੋਵੇ। ਤੇ ਜਿਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਵਾਣਾ ਘੋੜੇ ਤੇ ਐਣ ਸੱਜੇ ਹੋਏ ਸਸਤਰਾਂ ਵਸਤਰਾਂ ਨਾਲ। ਉਸਤਾਦ ਜੀ ਕਹਿੰਦੇ ਬੇਟਾ ਜੇ ਸੰਗਤ ਵਿੱਚ ਬੈਠੇ ਹੋਈਏ ਦੀਵਾਨ ਲੱਗਾ ਹੋਵੇ ਗੁਰੂ ਗੋਬਿੰਦ ਸਿੰਘ ਜਿਸ ਤਰ੍ਹਾਂ ਦੀ ਤਸਵੀਰ ਹੈ ਜੇਕਰ ਗੁਰੂ ਗੋਬਿੰਦ ਸਿੰਘ ਦਰਬਾਰ 'ਚ ਆ ਜਾਣ। ਤੇ ਸਾਰੀ ਸੰਗਤ ਉੱਠ ਕੇ ਉਹਨਾਂ ਨੂੰ ਮੱਥਾ ਟੇਕ ਕੇ ਪਰ ਕਹਿੰਦੇ ਮੈਂ ਨਹੀਂ ਉੱਠਣਾ ਮੈਂ ਨਹੀਂ ਮੱਥਾ ਟੇਕਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਹੈਰਾਨ ਹੋ ਕੇ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਪੁੱਛਣਗੇ ਭਈ ਪ੍ਰਕਾਸ਼ ਸਿਆ ਸਾਰੀ ਸੰਗਤ ਨੇ ਮੈਨੂੰ ਉੱਠ ਕੇ ਮੱਥਾ ਟੇਕਿਆ ਤੂੰ ਮੈਨੂੰ ਮੱਥਾ ਕਿਉਂ ਨਹੀਂ ਟੇਕਿਆ ਭਈ ਕਹਿੰਦੇ ਮੈਂ ਫਿਰ ਹੱਥ ਜੋੜ ਕੇ ਆਖਾਂਗਾ ਮਹਾਰਾਜ ਮੈਂ ਇਸ ਕਰਕੇ ਮੱਥਾ ਨਹੀਂ ਟੇਕਿਆ ਵੀ ਤੁਸੀਂ ਹਜੂਰ ਸਾਹਿਬ ਸਾਨੂੰ ਨਦੇੜ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਸਾਹਿਬ ਹੁਕਮ ਕਰਕੇ ਗਏ ਸੋ ਵੀ ਆਗਿਆ ਪਈ ਆਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮੈ ਗੁਰੂ ਮਾਨਯੋ ਗ੍ਰੰਥ ਉਸਤਾਜ ਆਖਣ ਲਗੇ ਮੈਨੂੰ ਪੱਕਾ ਵਿਸ਼ਵਾਸ ਹੈ ਗੁਰੂ ਗੋਬਿੰਦ ਸਾਹਿਬ ਮੈਨੂੰ ਆਪਣੇ ਸੀਨੇ ਨਾਲ ਲਾਉਣਗੇ ਗੁਰੂ ਗੋਬਿੰਦ ਸਾਹਿਬ ਮੈਨੂੰ ਸ਼ਾਬਾਸ਼ੇ ਦੇਣਗੇ ਵੀ ਜੋ ਮੈਂ ਹੁਕਮ ਕਰਕੇ ਗਿਆ ਹਾਂ ਗਿਆ ਸਾਹਿਬ ਤੂੰ ਮੰਨਿਆ ਸਿੱਖ ਦਾ ਇਹਨਾਂ ਵਿਸ਼ਵਾਸ ਚਾਹੀਦਾ ਹੈ ਕੀ ਸਾਢੇ 10 ਗੁਰੂ ਸਹਿਬਾਨਾਂ ਦੀ ਆਤਮ ਜੋਤ ਤਨ ਗੁਰੂ ਗ੍ਰੰਥ ਸਾਹਿਬ ਜੀ ਇਸ ਵੇਲੇ ਸਾਡਾ ਗੁਰੂ ਹੈ ਇਸ ਤੋਂ ਬਿਨਾ ਅਬੇ ਤਬੇ ਦੀ ਚਾਕਰੀ ਮਹਾਰਾਜ ਕਹਿੰਦੇ ਛੱਡੋ ਅਬੇ ਤਬੇ ਦੀ ਚਾਕਰੀ ਇੱਕ ਗੁਰੂ ਦੇ ਪੱਲੇ ਲੱਗੋ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹਜੂਰ ਕਹਿੰਦੇ ਨੇ ਪੂਰੇ ਗੁਰੂ ਨੇ ਸਾਡੇ ਅੰਦਰ ਨਾਮ ਧ੍ਰਿੜ ਕਰਵਾ ਦਿੱਤਾ ਹੈ ਬਿਨ ਨਾਵੇ ਜੀਵਨ ਬਿਰਥਾ ਮਹਾਰਾਜ ਕਹਿੰਦੇ ਨੇ ਭਾਈ ਜੀ ਇਹੋ ਜਾਂ ਨਾਮ ਨਾਮ ਜਪਿਆ ਜਾਵੇ ਜੇ ਪਰਮੇਸ਼ਰ ਦਾ ਨਾਮ ਕੋ ਨਹੀਂ ਜਪਦਾ ਤੇ ਸਮਝ ਲਓ ਵੀ ਉਹਦਾ ਜਨਮ ਉਹਦਾ ਜੀਵਨ ਸਾਰਾ ਬੇਅਰਥ ਹੈ ਸਾਧ ਸੰਗਤ ਭਗਤ ਰਵਦਾਸ ਜੀ ਦਾ ਇੱਕ ਪਾਵਨ ਬਚਨ ਹੈ ਵੀ ਤੈਨੂੰ ਨਹੀਂ ਪਤਾ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖ ਹਰ ਬੰਦਾ ਸੋਚਦਾ ਮੇਰਾ ਘਰ ਸੋਨਾ ਬਣ ਜੇ ਭਗਤ ਅਰਵਿਦਾਸ ਕਹਿੰਦੇ ਨੇ ਤੈਨੂੰ ਨਹੀਂ ਪਤਾ ਤੇਰਾ ਮਹੱਲ ਭਾਵੇਂ ਦੇਵਤਿਆਂ ਦਾ ਰਾਜੇ 인ਦਰ ਦੇ ਮਹੱਲ ਵਰਗਾ ਕਿਉਂ ਨਾ ਬਣ ਜੇ ਰਾਜੇ 인ਦਰ ਸੰਸਰ ਗ੍ਰਹਿ ਆਸਣ ਤੇਰਾ ਘਰ ਰਾਜੇ 인ਦਰ ਵਰਗਾ ਕਿਉਂ ਨਾ ਹੋ ਜੇ ਪਰ ਤੈਨੂੰ ਨਹੀਂ ਪਤਾ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਇਸ ਘਰ ਦਾ ਵੀ ਕੋਈ ਮੋਲ ਨਹੀਂ ਬਿਨ ਹਰ ਭਗਤ ਕਹੋ ਕਹਿ ਲੇਖ ਹੈ ਮਹਾਰਾਜ ਦੇ ਕਹਿੰਦੇ ਨੇ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਜੇ ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਬਣੀ ਤੇ ਹਜੂਰ ਆਖਣ ਲਗੇ ਭਾਈ ਇਹ ਜੀਵਨ ਸਾਡਾ ਮਰਤਕ ਹੈ ਸਾਰਾ ਬੇਅਰਥ ਹੈ ਰਾਹਾ ਬਿਨ ਗੁਰ ਮੂੜ ਭਾਈ ਹੈ ਮਨ ਮੁਖ ਮਹਾਰਾਜ ਆਖਣ ਲਗੇ ਭਾਈ ਜਿਨ੍ਹਾਂ ਨੇ ਗੁਰੂ ਤਾਰ ਨਹੀਂ ਕੀਤਾ ਬਿਨਾ ਗੁਰੂ ਤੋਂ ਮਨੁੱਖ ਮੂਰਖ ਬਣਿਆ ਰਹਿੰਦਾ ਗੁਰੂ ਤੋਂ ਬਿਨਾ ਬੰਦਾ ਮੂਰਖ ਬਣਿਆ ਰਹਿੰਦਾ ਹੈ ਮੈਂ ਇੱਕ ਪੰਗਤੀ ਪੜ੍ਹੀ ਸਿੱਧ ਗੋਸ਼ਤ ਦੀ ਬਾਣੀ 'ਚ ਬੜੇ ਧਿਆਨ ਨਾਲ ਸੁਣਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਨ ਗੁਰ ਭਰਮੇ ਆਵੇਂ ਜਾਏ ਗੁਰੂ ਤੋਂ ਬਿਨਾ ਮਨੁੱਖ ਭਰਮ ਵਿੱਚ ਪੈ ਕੇ ਆਉਂਦਾ ਰਹਿੰਦਾ ਤੇ ਜਾਂਦਾ ਰਹਿੰਦਾ ਬਿਨ ਗੁਰ ਘਾਲ ਨ ਪਵਈ ਥਾਏ ਮੈਂ ਨਹੀਂ ਕਹਿੰਦਾ ਵੀ ਭਾਂਡੇ ਨਾਮ ਮੰਜੋ ਸੇਵਾ ਨਾ ਕਰੋ ਮੰਜਨੇ ਚਾਹੀਦੇ ਨੇ ਮਨ ਦੀ ਮੈਲ ਲੈਂਦੀ ਹੈ ਗੁਰੂ ਦੀ ਪ੍ਰਸੰਤਾ ਮਿਲਦੀ ਆ ਬਾਣੀ ਪੜ੍ਹਨੀ ਚਾਹੀਦੀ ਹੈ ਪਰ ਮਹਾਰਾਜ ਕਹਿੰਦੇ ਨੇ ਜੇ ਕੋ ਸਾਰੀ ਜ਼ਿੰਦਗੀ ਸੇਵਾ ਤੇ ਕਰਦਾ ਰਹੇ ਪਰ ਅੰਤਲੇ ਸਮੇਂ ਤੱਕ ਵੀ ਗੁਰੂ ਧਾਰ ਨਹੀਂ ਕੀਤਾ ਮਹਾਰਾਜ ਕਹਿੰਦੇ ਨੇ ਬਿਨ ਗੁਰ ਘਾਲ ਨ ਪਵੈ ਥਾਏ ਉਸ ਮਨੁੱਖ ਦੀ ਘਾਲਣਾ ਥਾਏ ਨਹੀਂ ਪੈਂਦੀ ਉਸ ਮਨੁੱਖ ਦੀ ਸੇਵਾ ਥਾਏ ਨਹੀਂ ਪੈਂਦੀ ਬਿਨ ਗੁਰ ਮਣੁਆ ਅਤ ਡੋਲਾਏ ਬਿਨਾ ਗੁਰੂ ਤੋਂ ਇਹ ਮਨ ਡੋਲਦਾ ਹੀ ਰਹਿੰਦਾ ਕਹਿੰਦੇ ਨੇ ਜੀ ਅਜੇ ਮਨ ਨਹੀਂ ਮੰਨਦਾ ਮਨ ਨਹੀਂ ਮੰਨਦਾ ਭਈ ਮਨ ਨੂੰ ਮਨਾਉਣ ਵਾਸਤੇ ਤੇ ਗੁਰੂ ਧਾਰਨ ਕਰਨਾ ਮਹਾਰਾਜ ਕਹਿੰਦੇ ਨੇ ਬਿਨਾ ਗੁਰੂ ਤੋਂ ਇਹ ਡੋਲਦਾ ਹੀ ਰਹੇਗਾ ਬਿਣ ਗੁਰ ਮੰਨੂਆ ਅਤ ਡੋਲਾਏ ਬਹੁਤ ਡੋਲੇਗਾ ਹੋਰ ਵੀ ਡੋਲੇਗਾ ਬਿਣ ਗੁਰ ਤ੍ਰਿਪਤ ਨਹੀਂ ਵਿਖ ਖਾਏ ਜੂ ਰੱਖਣ ਲੱਗੇ ਜਿੰਨੇ ਮਰਜੀ ਪਦਾਰਥ ਸ਼ਕਲ ਕਦੇ ਤ੍ਰਿਪਤ ਨਹੀਂ ਹੁੰਦਾ ਬੰਦਾ ਗੁਰੂ ਤੋਂ ਬਿਨਾ ਅਗਲੀ ਪੰਕਤੀ 'ਤੇ ਸਰਵਣ ਕਰੀਏ ਫਿਰ ਸਮਾਪਤੀ ਵਾਲੇ ਪਾਸੇ ਆਈਏ ਬੇਣਗੋਰ ਬੀਸੀਆਰ ਦੱਸਿਆ ਮਰਵਾਟ ਇਸ ਤਰ੍ਹਾਂ ਕਹਿ ਲਓ ਵੀ ਬਿਨਾ ਗੁਰੂ ਤੋਂ ਜਿਵੇਂ ਕੋਈ ਬੰਦਾ ਤੁਰਿਆ ਜਾਂਦਾ ਹੋਵੇ ਤੇ ਰਸਤੇ ਵਿੱਚ ਉਹਨੂੰ ਸੱਪ ਡੰਗ ਮਾਰ ਜੇ ਤੇ ਰਸਤੇ ਵਿੱਚ ਹੀ ਮਰ ਜਾਏ ਗੁਰੂ ਤੋਂ ਬਿਨਾ ਇਸ ਤਰ੍ਹਾਂ ਹੈ ਜਿਵੇਂ ਕੋਈ ਰਸਤੇ ਵਿੱਚ ਤੁਰੇ ਜਾਂਦਾ ਸੱਪ ਡੰਗ ਮਾਰ ਜੇ ਬੰਦਾ ਮਰ ਜਾਏ ਨਾਨਕ ਗੁਰੂ ਬਿਨ ਕਟੈ ਘਾੜ ਏ ਨਾਨਕ ਗੁਰੂ ਤੋਂ ਬਿਨਾ ਘਟੈ ਘਟਾ ਜੇ ਅੱਜ 18-18 ਸਾਲ ਦੇ ਮੁੰਡੇ ਕਬਰਿਸਤਾਨ ਵਿੱਚ ਜਾ ਰਹੇ ਹਨ ਜੇ 18-18 ਸਾਲ ਦੇ ਕਲਉਤੇ ਪੁੱਤਰ ਨਸ਼ਿਆਂ ਦੇ ਕਾਰਨ ਸਮਸ਼ਾਨ ਘਾਟ ਦੇ ਜਾ ਰਹੇ ਹਨ ਸੰਸਕਾਰ ਹੋ ਰਹੇ ਹਨ ਉਹ ਕੀ ਘਾਟ ਹੈ ਨਾਨਕ ਗੁਰਬਿੰਨ ਘਾਟ ਹੈ ਘਾਟ ਹੈ ਨਾਨਕ ਗੁਰੂ ਤੋਂ ਬਿਨਾ ਘਾਟਾ ਹੀ ਘਾਟਾ ਹੈ ਮਹਾਰਾਜ ਕਹਿੰਦੇ ਨੇ ਏ ਭਾਈ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਿਨ ਗੁਰ ਮੂੜ ਪਏ ਹੈ ਮਨਮੁਖ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਲੋਕ ਹਨ ਗੁਰੂ ਤੋਂ ਬਿਨਾ ਮੂਰਖੀ ਬਣੇ ਰਹਿੰਦੇ ਨੇ ਤੇ ਮੋ ਮਾਇਆ ਨਿਤ ਫਾਥਾ ਮਾਇਆ ਦੇ ਮੋਹ ਵਿੱਚ ਨਿਤ ਹੀ ਫਸਿਆ ਰਹਿੰਦਾ ਹੈ ਦਿਨ ਸਾਧੂ ਚਰਨ ਨਾ ਸੇਵੇ ਕਬਹੂ ਮਹਾਰਾਜ ਆਖੰਦੇ ਜਿੰਨੇ ਕਦੇ ਵੀ ਗੁਰੂ ਦੇ ਚਰਨਾਂ ਨੂੰ ਨਹੀਂ ਸਿਮਰਿਆ ਜਿੰਨਾ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਦਿਨ ਸਭ ਜਨਮ ਆਕਾਥਾ ਉਹਨਾਂ ਦਾ ਸਾਰਾ ਜਨਮ ਹੀ ਸਾਰਾ ਜੀਵਨ ਹੀ ਬੇਅਰਥ ਚਲਾ ਗਿਆ ਦਿਨ ਸਾਧੂ ਚਰਨ ਸਾਧ ਪਗ ਸੇਵੇ ਜਿਨ੍ਹਾਂ ਨੇ ਪੂਰੇ ਗੁਰੂ ਦੇ ਚਰਨਾਂ ਨੂੰ ਸਿਮਰਿਆ ਹੈ ਇਹਨ ਸਫਲੋ ਜਨਮ ਸਨਾਥਾ ਉਹਨਾਂ ਦਾ ਜੀਵਨ ਸਫਲ ਹੋ ਗਿਆ ਤੇ ਉਹ ਖਸਮ ਵਾਲੇ ਬਣ ਗਏ ਉਹਦਾ ਕੀ ਮੋਲ ਹੈ ਜੀ ਦਾ ਖਸਮ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਉਹ ਖਸਮ ਵਾਲੇ ਬਣ ਜਾਂਦੇ ਨੇ ਮੂਕ ਕੀਜੈ ਦਾਸ ਦਾਸ ਦਾਸਨ ਕੋ ਤਨ ਗੁਰੂ ਰਾਮਦਾਸ ਮਹਾਰਾਜ ਅਰਦਾਸ ਕਰਦੇ ਨੇ ਹੇ ਮੇਰੇ ਪਰਮੇਸ਼ਰ ਜੀ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸ ਬਣਾ ਲਓ ਹਰ ਦਇਆ ਧਾਰ ਜਗੰਨਾਥ ਦਇਆ ਕਰੋ ਜਗਤ ਦੇ नाथ ਹੇ ਜਗਤ ਦੇ ਮਾਲਕ ਦਇਆ ਕਰੋ ਕਿਰਪਾ ਕਰੋ ਮੈਂ ਤੁਹਾਡੇ ਦਾਸਾਂ ਦਾ ਦਾਸ ਬਣ ਸਕਾਂ ਦਾਸਾਂ ਦਾ ਦਾਸ ਬਣ ਸਕਾਂ ਜੀ ਹਮ ਅੰਦule ਗਿਆਨਹੀਨ ਅਗਿਆਨੀ ਸ੍ਰੀ ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਇਹ ਗੱਲ ਸਾਡੀ ਕੀਤੀ ਮਹਾਰਾਜ ਇਹ ਮੇਰੇ ਮਾਲਕ ਅਸੀਂ ਅੰਨੇ ਹਾਂ ਅਸੀਂ ਗਿਆਨਹੀਣ ਹਾਂ ਮਹਾਰਾਜ ਅੰਨਾ ਬੰਦਾ ਕਿਵੇਂ ਟਿਕਾਣੇ ਤੇ ਪਹੁੰਚ ਸਕਦਾ ਹੈ ਮਹਾਰਾਜ ਅਸੀਂ ਅੰਦਲੇ ਜੀਵ ਹਾਂ ਗਿਆਨਹੀਣ ਹਾਂ ਕਿਉਂ ਚੱਲ ਹੈ ਮਾਰਗ ਪੰਥਾ ਤੇ ਮੇਰੇ ਮਾਲਕ ਅਸੀਂ ਅੰਨੇ ਜੀਵ ਤੇਵੇਂ ਕਿਵੇਂ ਤੇਰੇ ਮਾਲਕ ਤੇ ਚੱਲ ਸਕਦੇ ਹਾਂ ਤੇਰੇ ਮਾਰਗ ਤੇ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਸ੍ਰੀ ਗੁਰੂ ਮਹਾਰਾਜ ਕਹਿੰਦੇ ਨੇ ਏ ਮੇਰੇ ਮਾਲਕ ਅਸੀਂ ਅੰਨੇ ਜੀਵਾਂ ਸਾਨੂੰ ਆਪਣਾ ਪੱਲਾ ਫੜਾਓ ਜੀ ਜਨ ਨਾਨਕ ਚਲਹਿ ਮਿਲੰਥਾ ਤਾਂ ਕਿ ਤੁਹਾਡੇ ਨਾਲ ਮਿਲ ਕੇ ਅਸੀਂ ਉਸ ਪਰਮੇਸ਼ਰ ਤੱਕ ਪਹੁੰਚ ਸਕੀਏ ਪੁੱਲ ਚੁੱਕ ਦੀ ਖਿਮਾ ਗੁਰੂ ਕੇ ਸੰਗਤ ਬਖਸ਼ਣਹਾਰ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਾਣ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਪਾਵਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਮੁੱਚੇ ਸਿੰਘ ਸਾਹਿਬਾਨਾਂ ਦਾ ਗੁਰੂ ਕੀ ਸਾਧ ਸੰਗਤ ਦਾ ਬਾਈ ਬਲਜੋਤ ਸਮੋਹਾਂ ਜਿੰਨਾ ਬੜੇ ਪਿਆਰ ਦੇ ਨਾਲ ਪਾਠ ਕੀਤਾ ਹੈ ਇਹਨਾਂ ਦਾ ਵੀ ਧੰਨਵਾਦ ਪੁੱਲ ਚੁਕ ਦੀ ਖਿਮਾ ਜੀ ਫਤਿਹ ਬਲਾਈਏ ਤੇ ਆਖਰੀ ਪੰਕਤੀ ਸਰਮਣ ਕਰੀਏ ਜੀ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ